ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਬਰਪਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਚੱਲਦਿਆਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋ ਲੋਕਾਂ ਵਿੱਚ ਵੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਪਾਈ ਗਈ ਹੈ ਤੇ ਇਹਨਾਂ ਦੋਵਾਂ ਦਾ ਇਲਾਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਚੱਲ ਰਿਹਾ ਹੈ। ਇਸ ਮੌਕੇ ਤੇ ਗੱਲਬਾਤ ਕਰਦਿਆਂ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਨੇ ਦੱਸਿਆ ਕਿ ਇਹ ਲੋਕ 3 ਮਾਰਚ ਨੂੰ ਇਟਲੀ ਤੋਂ ਭਾਰਤ ਆਏ ਸਨ ਤੇ ਜਦੋਂ ਉਹ ਇਸ ਹਸਪਤਾਲ ਵਿੱਚ ਆਏ ਤਾਂ ਇਹ 3 ਲੋਕ ਸਨ ਤੇ ਇਹਨਾਂ ਨੂੰ ਹਲਕੀ ਖਾਂਸੀ ਸੀ, ਜਿਸ ਤੋਂ ਬਾਅਦ ਇਹਨਾਂ ਦਾ ਇਲਾਜ ਘਰ ਵਿੱਚ ਹੀ ਕੀਤਾ ਜਾ ਰਿਹਾ ਸੀ, ਪਰੰਤੂ ਉਸ ਤੋਂ ਬਾਅਦ ਇਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤੇ ਉਹਨਾਂ ਨੂੰ ਮੁੜ ਤੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਹਨਾਂ ਕਿਹਾ ਕਿ ਜਦੋਂ ਉਹਨਾਂ 3 ਵਿਅਕਤੀਆਂ ਦੇ ਟੈਸਟ ਕਰਵਾਏ ਤਾਂ ਉਹਨਾਂ ਵਿੱਚੋਂ 2 ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਉਹਨਾਂ ਦੱਸਿਆ ਕਿ ਫਿਲਹਾਲ ਡਾਕਟਰਾਂ ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਜਿੱਥੇ ਹਸਪਤਾਲ ਦੀ ਸਫਾਈ ਵਿਵਸਥਾ ਨੂੰ 2 ਗੁਣਾ ਜ਼ਿਆਦਾ ਕਰ ਦਿੱਤਾ ਹੈ, ਉੱਥੇ ਹੀ ਪਰਿਵਾਰ ਵਾਲਿਆਂ ਨੂੰ ਇਹਨਾਂ ਮਰੀਜ਼ਾਂ ਨਾਲ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਸਾਡੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ 3 ਪੇਸ਼ੈਂਟ ਸੱਚੀ ਹਾਲਤ ਦੇ ਵਿੱਚ ਆਏ ਸੀ ਏਅਰਪੋਰਟ ਦੇ ਉੱਤੋਂ। ਇਹ ਇਟਲੀ ਤੋਂ ਇਹਨਾਂ ਦਾ ਓਰੀਜਨ ਹੋਇਆ, ਦਿੱਲੀ ਤੋਂ ਹੁੰਦਿਆਂ ਹੋਇਆ ਬਾਈ ਏਅਰ ਇਹ ਜਿਹੜੇ ਸਾਡੇ ਕੋਲ ਆਏ। ਇਹਨਾਂ 'ਚ 1 ਪੇਸ਼ੈਂਟ ਸੀ ਜਿਹਨੂੰ ਖਾਂਸੀ ਆ ਰਹੀ ਸੀ, ਸੁੱਕੀ ਖਾਂਸੀ ਆ ਰਹੀ ਸੀ, ਅਤੇ ਇਹ ਜਿਹੜੀ ਸਸਪੈਕਟ ਕਰਦਿਆਂ ਹੋਇਆ ਅਸੀਂ ਇਹਨੂੰ ਕੁਆਰੰਟਾਈਨ ਕਰਕੇ ਐਂਬੂਲੈਂਸ ਦੇ ਥਰੂ ਆਪਣੀ ਆਈਸੋਲੇਸ਼ਨ ਵਾਰਡ ਦੇ ਵਿੱਚ ਰੱਖ ਲਿਆ। ਅਤੇ ਪੇਸ਼ੈਂਟ ਅਦਰਵਾਈਜ਼ ਠੀਕ ਨੇ, ਤਿੰਨੇ ਠੀਕ ਨੇ। ਇਹਨਾਂ ਵਿੱਚੋਂ ਜਿਹੜੇ ਸੈਂਪਲ ਅਸੀਂ ਭੇਜੇ ਉਹਨਾਂ ਦਾ ਪ੍ਰੀਲੀਮੀਨਰੀ ਰਿਪੋਰਟ ਪੋਜ਼ੀਟਿਵ ਆਈ, 2 ਪੇਸ਼ੈਂਟ ਸੀ ਜਿਹਦੇ 'ਚ 1 ਪੇਸ਼ੈਂਟ ਨੈਗੇਟਿਵ ਆਇਆ। ਜਿਹੜਾ ਨੈਗੇਟਿਵ ਪੇਸ਼ੈਂਟ ਆਇਆ ਉਹਨੂੰ ਅਸੀਂ ਫਰਦਰ ਆਈਸੋਲੇਟ ਕਰ ਲਿਆ। 2 ਜਿਹੜੇ ਪੇਸ਼ੈਂਟਸ ਆ ਉਹ ਇੰਪਰੂਵ ਕਰ ਰਹੇ ਨੇ ਅੱਗੇ ਤੋਂ ਟ੍ਰੀਟਮੈਂਟ ਦੇ ਨਾਲ। ਸਰ ਹੋਰ ਰਿਪੋਰਟ ਵੀ ਵੇਟ ਕੀਤੀ ਜਾ ਰਹੀ ਹੈ? ਹਾਂਜੀ, ਇਹ ਜਿਹੜਾ ਹੁੰਦਾ ਕਰੋਨਾ ਵਾਇਰਸ ਇਹਦੀ ਅਸੀਂ ਕਨਫਰਮੇਟਰੀ ਰਿਪੋਰਟ ਵਾਸਤੇ ਅਸੀਂ ਪੁਣੇ ਭੇਜਦੇ ਹਾਂ ਅਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੁਣੇ ਹੈਗੀ, ਉਹਨਾਂ ਦੀ ਕਨਫਰਮੇਟਰੀ ਰਿਪੋਰਟ ਤੋਂ ਬਾਅਦ ਹੀ ਇਹ ਕਿਹਾ ਜਾ ਸਕਦਾ ਕਿ ਇਹ ਔਥੈਂਟਿਕਲੀ ਪੋਜ਼ੀਟਿਵ ਨੇ ਜਾਂ ਨੈਗੇਟਿਵ ਨੇ। ਬਟ ਫਿਲਹਾਲ ਪ੍ਰੀ ਪੋਜ਼ੀਟਿਵ ਹੈ, ਅਸੀਂ 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 ਇਹਨਾਂ ਨੂੰ ਪੋਜ਼ੀਟਿਵ ਸਮਝ ਕੇ ਹੀ ਟ੍ਰੀਟ ਕਰ ਰਹੇ ਹਾਂ। ਦਿਸ ਇਜ਼ ਪ੍ਰੀਲੀਮੀਨਰੀ ਪੋਜ਼ੀਟਿਵ। ਸਰ ਇਹ ਆਏ ਸੋ ਉਹਦੀ ਰਿਪੋਰਟ ਅਸੀਂ ਫਾਈਨਲ ਰਿਪੋਰਟ ਵੇਟ ਕਰਕੇ। ਕਦੋਂ ਆਏ ਸੀ ਅਤੇ ਕਿੱਥੋਂ ਆਏ ਸੀ? ਇਹ 3 ਤਰੀਕ ਰਾਤ ਨੂੰ ਆਏ ਸੀ ਅਤੇ ਇਟਲੀ ਤੋਂ, ਅਤੇ 4 ਤਰੀਕ ਨੂੰ ਸੈਂਪਲਸ ਭੇਜੇ ਸੀ ਅਤੇ 6 ਤਰੀਕ ਨੂੰ ਕੱਲ੍ਹ ਸ਼ਾਮ ਨੂੰ ਇਹਨਾਂ ਦੀ ਰਿਪੋਰਟ ਆ ਗਈ ਸੀ ਰਾਤ ਤੱਕ। ਅਤੇ ਉਹਨੂੰ ਅਸੀਂ ਟ੍ਰੀਟਮੈਂਟ ਪਹਿਲਾਂ ਹੀ ਸੋਚਦੇ ਹੋਏ ਸ਼ੁਰੂ ਕਰਤੀ ਸੀ ਐਂਡ ਦੇ ਆਰ ਬੈਟਰ ਵਨ। ਸਰ ਇਹਨਾਂ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾ ਰਿਹਾ? ਸਭ ਤੋਂ ਇੰਪੋਰਟੈਂਟ ਚੀਜ਼ ਆਈਸੋਲੇਸ਼ਨ, ਇਸ ਬਿਮਾਰੀ ਦੀ ਸਭ ਤੋਂ ਇੰਪੋਰਟੈਂਟ ਚੀਜ਼, ਸਭ ਤੋਂ ਜਿਹੜੀ ਜ਼ਰੂਰੀ ਹੈ ਉਹ ਇਹ ਹੈਗੀ ਕਿ ਪੇਸ਼ੈਂਟ ਨੂੰ ਅਲੱਗ ਕਰਤਾ ਜਾਵੇ ਤਾਂ ਕਿ ਇਹ ਹੈਗਾ ਇਨਫੈਕਸ਼ਸ ਡਿਜ਼ੀਜ਼, ਸਾਹ ਤੋਂ, ਖਾਂਸੀ ਤੋਂ, ਛਿੱਕਾਂ ਤੋਂ, ਚਮੜੀ ਤੋਂ ਇੱਕ ਦੂਸਰੇ ਹੱਥ ਮਿਲਾਉਣ ਨਾਲ ਵੱਧ ਸਕਦਾ, ਇੱਕ ਦੂਸਰੇ ਸਪਰੈਡ ਕਰ ਸਕਦਾ। ਸੋ ਉਸ ਚੀਜ਼ ਨੂੰ ਅਵੋਇਡ ਕਰਨਾ, ਸੁਸਾਇਟੀ ਨੂੰ ਉਸ ਤੋਂ ਪਰਿਆਂ ਕਰ ਦਿੱਤਾ, ਇਹਨਾਂ ਨੂੰ ਉਹਨਾਂ ਨੂੰ ਅਲੱਗ ਰੱਖ ਕੇ ਅਤੇ ਅਸੀਂ ਇਹਨਾਂ ਦੀ ਟ੍ਰੀਟਮੈਂਟ ਸ਼ੁਰੂ ਕਰਦੇ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਆਪ ਡਿਸਟੈਂਸ ਬਣਾ ਕੇ ਰੱਖੋ ਇੱਕ ਦੂਸਰੇ ਦੇ ਨਾਲ, ਭੀੜ ਭੜੱਕੇ ਵਾਲੇ ਇਲਾਕਿਆਂ 'ਚ ਨਾ ਜਾਓ। ਕਿਸੇ ਨੂੰ ਗ੍ਰੀਟ ਕਰਨਾ ਹੋਵੇ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਇਹ ਦੂਰ ਤੋਂ ਜਿਹੜੇ ਇਹ ਅਸੀਂ ਗ੍ਰੀਟ ਕਰ ਸਕਦੇ ਹਾਂ। ਕੋਰੋਨਾ ਵਾਇਰਸ ਦੇ ਪੇਸ਼ੈਂਟਸ ਜਿਹੜੇ ਨਾ, ਐਸੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ, ਇਹ ਆਮ ਵਾਇਰਲ ਡਿਜ਼ੀਜ਼ ਵਾਂਗੂ ਵਾਇਰਲ ਡਿਜ਼ੀਜ਼ ਹੈਗਾ, ਪਰ ਇਹਦੀ ਇਨਫੈਕਟਿਵਿਟੀ ਥੋੜ੍ਹੀ ਜ਼ਿਆਦਾ ਆਮ ਨਾਲੋਂ। ਬਟ ਜਿਹੜੀ ਮੋਰਟੈਲਿਟੀ ਰੇਟ ਹੈ, ਮਤਲਬ ਮੌਤ ਦੀ ਦਰ ਜਿਹੜੀ ਹੈ, ਉਹ ਇਸ ਬਿਮਾਰੀ ਦੇ ਨਾਲ ਹਾਈਪਰਟੈਂਸ਼ਨ, ਡਾਇਬਟੀਜ਼, ਦੀ COPD ਜਾਂ ਇਹਨਾਂ ਹੋਰ ਤਕਲੀਫਾਂ ਜਿਹੜੀਆਂ ਹੈਗੀਆਂ ਉਹਨਾਂ ਨਾਲੋਂ ਬਹੁਤ ਹੀ ਘੱਟ ਹੈ। ਈਵਨ ਸਵਾਈਨ ਫਲੂ ਤੋਂ ਵੀ ਘੱਟ ਹੈ, ਸਵਾਈਨ ਫਲੂ ਇਹਨਾਂ ਸਾਡੇ ਕੰਟਰੀ 'ਚ ਰਿਹਾ ਪਿਛਲੇ
ਅਤੇ ਉਹਦੇ ਤੋਂ ਵੀ ਘੱਟ ਆ। ਸੋ ਕੋਈ ਇੰਨੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ, ਇਤਿਹਾਸ ਦੀ ਬਹੁਤ ਜ਼ਿਆਦਾ ਲੋੜ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।